ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਨਿਊਜ਼ ਰਾਜ ਫਾਰਮ ਵਿੱਚ ਸੋ ਦੋਸਤੋ ਅੱਜ ਜਿਹੜੇ ਨੀਲੀ ਦਾਵੀ ਦੇ ਤੁਹਾਨੂੰ ਐਨੀਮਲ ਦਿਖਾਉਣੇ ਆ ਬਹੁਤ ਹੀ ਮੇਰੇ ਬੇਹਦ ਖਾਸ ਮੇਰੀ ਲਾਈਫ ਦੀ ਵੀਡੀਓ ਆ ਕਿ ਆ ਜਿਹੜਾ ਨਗੀਨਾ ਦੋਸਤੋ ਸਾਹਮਣੇ ਦਿਖਾਉਣ ਲੱਗਾ ਆਪਾਂ ਆਪਣੇ ਫਾਰਮ ਤੇ ਰੱਖਣ ਲਈ ਲਿਆ ਦੋਸਤੋ ਇਹਦੇ ਬਾਬਤ ਕੋਲ ਨਾ ਕਰਿਓ ਕੋਈ ਇਹਦੇ ਬਾਰੇ ਵਿਚਾਰ ਨਹੀਂ ਹੈਗਾ ਕਿਉਂਕਿ ਮੇਰੀ ਮੰਤ ਸੀ ਕਿ ਸ਼ਾਇਦ ਇੰਨੇ ਪੈਸੇ ਨਾਲ ਆਊ ਪਰ ਮੈਨੂੰ ਪਤਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਜਿੰਨੇ ਕੁ ਦੀ ਮੈਂ ਖਰੀਦੀ ਹੋ ਸਕਦਾ ਇਹ ਤੋਂ ਵੱਧ ਕੇ ਬਹੁਤ ਬੰਦੇ ਪੈਸੇ ਲਾਉਣ ਪਰ ਇਹੋ ਜਿਹਾ ਐਨੀਮਲ ਲੱਭਣਾ ਦੋਸਤੋ ਬਹੁਤ ਔਖਾ ਪਰ ਜੇ ਕੋਈ ਵੀਰ ਇਦਾਂ ਦਾ ਐਨੀਮਲ ਵੇਚਣਾ ਚਾਵੇ ਤਾਂ ਉਹ ਜਰੂਰ ਮੇਰੇ ਨਾਲ ਸੰਪਰਕ ਕਰੇ ਕਿਉਂਕਿ ਮੈਂ ਇਦਾਂ ਦੀਆਂ ਦੋ ਕਟੀਆਂ ਆਪਣੇ ਫਾਰਮ ਤੇ ਪਾਲਣੀਆਂ ਚਾਹਣਾ ਵਾਂ ਕਿਉਂਕਿ ਦੋਸਤੋ ਨੀਲੀ ਦਾਵੀ ਦੇ ਵਿੱਚ ਐਨੀਮਲ ਜਿਹੜੇ ਮੈਂ ਪਿੱਛੇ ਦੋ ਤਿੰਨ ਤਿਆਰ ਕੀਤੇ ਸੀ ਜਿੱਚੋ ਦੋ ਝੋਟੀਆਂ ਵੈਗੀਆਂ ਸੀ ਤਾਂ ਮੈਂ ਸੋਚਿਆ ਕਿ ਇਦਾਂ ਦੇ ਦੋ ਡੰਗਰ ਹੋਰ ਆਪਾਂ ਆਪਣੇ ਫਾਰਮ 'ਚ ਲੈ ਕੇ ਕਿਉਂਕਿ ਵੱਡੀ ਝੋਟੀ ਜੇ ਅੱਜ ਨੀਲੀ ਦੀ ਆਪਾਂ ਲੈਣ ਦੀ ਕੋਸ਼ਿਸ਼ ਕਰੀਏ ਤਾਂ ਦੋਸਤੋ ਮਾਰਕੀਟ ਦੇ ਵਿੱਚ ਰੇਟ ਰੇਡ 2 ਲੱਖ ਰੁਪਈਆ ਹੋਇਆ ਪਿਆ ਤੇ ਇੰਨੀ ਨਾ ਹਜੇ ਉਹਦੇ ਕਿਆ ਨੂੰ ਪੁੱਜਤੀ ਆ ਸਰਕਲ ਅੱਗੇ ਡਾਵਾ ਡੋਲ ਚੱਲ ਰਹੇ ਆ ਤਾਂ ਸੋਚਿਆ ਚੱਲ ਛੋੜੇ ਤੋਂ ਵੱਡੇ ਵਾਲ ਨੂੰ ਤੁਰ ਪਾਂਗੇ ਵੈਸੇ ਕੀਮਤ ਐ ਦੀ ਵੀ ਟੋਕੜ ਗੱਪਣ ਮੱਝ ਨਹੀਂ ਲਾ ਕੇ ਆਏ ਆ ਆਪਾਂ ਪਰ ਫਿਰ ਵੀ ਚੰਗੀ ਲੱਗੀ ਤਾਂ ਖਰੀਦ ਲੀਆ ਸ਼ੌਂਕ ਦਾ ਕੋਈ ਮੋਲ ਨਹੀਂ ਤੇ ਇੱਧਰ ਤੁਹਾਨੂੰ ਝੋਟੀਆਂ ਦਿਖਾਉਣ ਲੱਗਾ ਦੋਸਤੋ ਸ਼ੌਂਕ ਕਰਾਉਣ ਲੱਗਾ ਸੋ ਇੱਕ ਪਾਸੇ ਫੇਸ ਟੇਡੇ ਕੱਟ ਦੇ ਵਿੱਚ ਪਟਾ ਟੇਡਾ ਸੋ ਨੀਲੀ ਵਾਲੀ ਅੱਖ ਬਿਲਕੁਲ ਮਣਕਣੀ ਲੱਗੀ ਹੋਈ ਆ ਸਿੰਘ ਬਿਲਕੁਲ ਕੁੰਡਾ ਦੋਸਤੋ ਮਿਲਕ ਵੇਨ ਦੋਸਤੋ ਤੁਸੀਂ ਇਧਰੋਂ ਵੀ ਦੇਖ ਸਕਦੇ ਆ ਮੋਟੀ ਆਉਂਦੀ ਆ ਤੇ ਨਿਸ਼ਾਨੀਆਂ ਸਾਰੀਆਂ ਪੂਰੀਆਂ ਦੋਸਤੋ ਸੁਪਰ ਵੀ ਨਿਸ਼ਾਨ ਆ ਤੇ ਇੱਕ ਥਣ ਵੀ ਇਹਦਾ ਜਿਹੜਾ ਵਾਈਟ ਆ ਦੋਸਤੋ ਦੇਖ ਸਕਦੇ ਸਾਹਮਣੇ ਸੋ ਚਾਰੇ ਥਣ ਜਿਹੜੇ ਬਿਲਕੁਲ ਵਿਥੀ ਤੇ ਲੱਗੇ ਹੋਏ ਆ ਸੋ ਕਰਮਾ ਸੋ ਕਰਮਾ ਵਾਲੀ ਜਦੋਂ ਵੀ ਇਹ ਤਿਆਰ ਹੋਊਗੀ ਤਾਂ ਚੰਗਾ ਰਿਜ਼ਲਟ ਮਿਲੂਗਾ ਥੋੜੀ ਜੀ ਓਵਰ ਵਾਈਟਨੈਸ ਆਉਣ ਦਾ ਕਾਰਨ ਕੀ ਆ ਦੋਸਤੋ ਮਾਂ ਕੌਰਸਾ ਵਾਲੇ ਰਵੇ ਚੋਂ ਸੀ ਤੇ ਬਾਪ ਨਾਬੇ ਫਾਰਮ ਦਾ ਹੀ ਪਰ ਦੋਸਤੋ ਜਦੋਂ ਸੀਮਲ ਲਵਾਉਣਾ ਹੁੰਦਾ ਉਦੋਂ ਸੋਚਿਆ ਕਰੋ ਪਰ ਡੰਗਰ ਦੁੱਧ ਤੋਂ ਖੋਟਾ ਨਹੀਂ ਨਿਕਲਦਾ ਹੁੰਦਾ ਦੁੱਧ ਚੰਗਾ ਹੀ ਦਿੰਦਾ ਹੁੰਦਾ ਪਰ ਥੋੜਾ ਜਿਹਾ ਸੀਮਲ ਲਵਾਉਣ ਲੱਗਿਆਂ ਲਾਈਨ ਟੂ ਲਾਈਨ ਚੱਲਿਆ ਕਰੋ ਕਿਉਂਕਿ ਫਿਰ ਬੱਚਾ ਬਹੁਤ ਹੀ ਜ਼ਿਆਦਾ ਪਿਆਰਾ ਆਉਂਦਾ ਵਾ ਤੇ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਦੋਸਤੋ ਦੇਖ ਸਕਦੇ ਤੁਸੀਂ ਤਾਂ ਸਿੰਗ ਬਿਲਕੁਲ ਰਿੰਗ ਸਿੰਘ ਬਿਲਕੁਲ ਕੁੰਡਾ ਉਮਰ 1.5 ਸਾਲ ਦੇ ਨੇੜਾ ਚੰਗੀ ਆ ਝੋਟੀ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਜੀ ਤਾਜੀ ਕਟਿੰਗ ਹੋਈ ਕਰਕੇ ਤੁਹਾਨੂੰ ਲੱਗਦੀ ਹੋਊਗੀ ਕਿ ਓਪਰਾਜਾ ਤੇ ਇੱਧਰ ਮੇਰਾ ਪੁੱਤ ਦੇਖਾਦੇ ਤੁਸੀਂ ਬੜਾਈ ਪਿਆਰ ਨਾਲ ਤੇ ਸ਼ੌਂਕ ਨਾਲ ਰੱਖਿਆ ਹੁਣ ਥੋੜੀ ਜੀ ਵੱਧੀ ਆ ਵੈਸੇ ਤਾਂ ਖੁੱਲੀ ਛੱਡੀ ਹੋਈ ਆ ਇਹ ਤੇ ਇਹਨੂੰ ਜੋ ਮਰਜ਼ੀ ਪਾ ਦਈਏ ਕਰਮ ਵਾਲੀ ਨੇ ਕਦੇ ਨਾ ਨੁੱਕਰ ਨਹੀਂ ਕੀਤੀ ਨਖਰੇਬਾਜੀ ਬਿਲਕੁਲ ਨਹੀਂ ਇੰਨੀ ਸਾਤ ਤੇ ਸੀਲ ਸੁਭਾਅ ਦਾ ਹੀ ਆ ਕਿ ਜੋ ਪਾ ਦਈਏ ਬਸ ਉਹੀ ਖਾ ਲੈਣਾ ਇਹਨੇ ਤੇ ਦੋਸਤੋ ਉਮਰ 5 ਕੁ ਮਹੀਨੇ ਆ ਤੇ ਦੁੱਧ ਤੇ ਪਲੀ ਹੋਈ ਕੱਟੀ ਆ ਮਦਰ ਮਿਲਕ ਰਿਕਾਰਡ ਬਹੁਤ ਚੰਗਾ ਸੀ ਤਾਂ ਹੀ ਇਹਨੇ ਚੰਗੇ ਰੁਪਏ ਲਾਗੇ ਬਾਪ ਵਾਲੇ ਪੱਖ ਤੋਂ ਚੰਗੀ ਦਸੀ ਗਈ ਆ ਪਰ ਆਪਾਂ ਤਾਂ ਦੋਸਤੋ ਇਹਨੂੰ ਮੇਨ ਮੰਨ ਕੇ ਲਿਆ ਜੇ ਇਹ ਚੰਗੀ ਆ ਤੇ ਬਾਪ ਵੀ ਚੰਗਾ ਹੋ ਕਿਉਂਕਿ ਆਪਾਂ ਜਿੰਨੇ ਵੀ ਡੰਗਰ ਖਰੀਦਦੇ ਤੁਹਾਨੂੰ ਵੀ ਪਤਾ ਆਪਦੀ ਸਮਝ ਨਾਲ ਖਰੀਦਦੇ ਆ ਮਾਂ ਕੋਲੇ ਖੜੀ ਹੋਵੇ ਤਾਂ ਪਤਾ ਲੱਗ ਹੀ ਜਾਂਦਾ ਜਦੋਂ ਪਿਓ ਦਾ ਅਗਲੇ ਨੇ ਸੀਮਣਾ ਦਾ ਸਿਸਟਮ ਚੱਲਦਾ ਵਾ ਸੀਮਨ ਲਵਾਇਆ ਹੁੰਦਾ ਸੋ ਇਹ ਆਪਣੇ ਫਾਰਮ ਤੇ ਜਿਹੜੀ ਆਈ ਮੈਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਕਿ ਆਪਾਂ ਵੀ ਬੱਚਾ ਲਿਆਂਦਾ ਬਹੁਤ ਚੰਗਾ ਕਿਉਂਕਿ ਐਤਕੀ ਮੱਝਾ ਤੋਂ ਖਾਦੇ ਗਈਆਂ ਕੱਟੇ ਲਾ ਗਈਆਂ ਚਲੋ ਪਰਮਾਤਮਾ ਦੀ ਕਿਰਪਾ ਸੀ ਜਿਵੇਂ ਹੋਣੀ ਉਦਾਂ ਹੀ ਹੋਣੀ ਗੁਰੂ ਨਾਨਕ ਦਾ ਪਾਸ਼ਾ ਦੀ ਕਿਰਪਾ ਤੇ ਇਹ ਆਪਾਂ ਤਿਆਰ ਕਰਨ ਲਈ ਨੀਂਨਾ ਲਿਆਂਦਾ ਦੋਸਤੋ ਦੱਸਿਓ ਨਾਲੇ ਦਿਓ ਵਧਾਈਆਂ ਪਰ ਮੈਨੂੰ ਲੱਗਦਾ ਜਦੋਂ ਵੀਡੀਓ ਪਈ ਜਾਂਦੀ ਫਿਰ ਜਦੋਂ ਘਰੇ ਆ ਕੇ ਬਹਿ ਜਾਂਦਾ ਉਦੋਂ ਡੰਗਰ ਮੇਰੇ ਕੋਲੇ ਖੜਦਾ ਨਹੀਂ ਹੁੰਦਾ ਕੀਮਤੀ ਇਸ ਹਸਾਉਣ ਵਾਲਾ ਆਂਦੇ ਕਿ ਸ਼ੌਂਕ ਅਗਲੇ ਇੰਨਾ ਸ਼ੌਂਕ ਆ ਇੰਨਾ ਸ਼ੌਂਕ ਆ ਵੀਰ ਦੇ ਦੇ ਪਿਆਰ ਨਾਲ ਆਏ ਆ ਮਾਨ ਨਾਲ ਆਏ ਦੂਰੋਂ ਆਏ ਉਦੋਂ ਮੋੜਿਆ ਨਹੀਂ ਜਾਂਦਾ ਬੰਦਾ ਫੇ ਇਹੋ ਜੇ ਪਰ ਡੰਗਰ ਦੋਸਤੋਂ ਵੇਚਣ ਵਾਲੇ ਨਹੀਂ ਹੁੰਦੇ ਸੋ ਦੇਖ ਸਕਦੇ ਆ ਥਾਣੇ ਦੇ ਦੋਸਤੋਂ ਜਿਵੇਂ ਵੱਡੀਆਂ ਝੋਟੀਆਂ ਹੁੰਦੀਆਂ ਓਵੇਂ ਗੈਬ ਤੇ ਆ ਮੋਟਾ ਦੁੱਧ ਵਾਲਾ ਗੋਲਾ ਸੀਰਕ ਮੰਤਰ ਬਾਲੀ ਚੰਗੀ ਆ ਤੇ ਇਹ ਕਿੱਦਾਂ ਲੱਗੇ ਆਪਣੇ ਫਾਰਮ ਦੇ ਨਗੀਨੇ ਜਰੂਰ ਦੱਸਿਓ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਈ ਤਾਂ ਦੋਸਤੋਂ ਮਾਫ ਕਰਨਾ ਆਉਣ ਵਾਲੇ ਸਮੇਂ 'ਚ ਜਰੂਰ ਪੂਰੀ ਕਰਾਂਗੇ ਧੰਨਵਾਦ